ਵਿਚਾਰੀ ਦਾ ਬੁਰੇ ਹਾਲ ਆ। ਘਰਾਂ ਦੇ ਵਿੱਚ ਕੰਮ ਕਰਕੇ ਰੋਟੀ ਇਸ ਉਮਰ ਦੇ ਵਿੱਚ ਖਾਂਦੀ ਆ, ਘਰ ਦਾ ਵਿੱਚ ਕੋਈ ਸਹਾਰਾ ਨਹੀਂ ਹੈਗਾ ਇਹਨੂੰ। ਘਰ ਮਕਾਨ ਆ ਉਹ ਸਾਰਾ ਚੁੰਦਾ ਇਹਦਾ, ਆਂਢ ਗੁਆਂਢ ਦੇਖਦਾ ਜੇ ਚਾਰ ਦਿਨ ਮੀਂਹ ਪੈਂਦੇ ਆ ਵੀ ਕਿਤੇ ਉੱਤੇ ਨਾ ਡਿੱਗ ਪਏ, ਵਿਚਾਰੀ ਵਿੱਚ ਨਾ ਆ ਜੇ। ਨਹੀਂ ਜੀ, ਮੈਂ ਤਾਂ ਕਿਸੇ ਦਾ ਸਹਾਰਾ ਨਹੀਂ ਦੇਖਿਆ ਹੈਗਾ, ਮੈਂ ਤਾਂ ਬਸ ਐਂ ਸਾਰੀ ਉਮਰ ਲੰਘ ਗਈ ਹੈ। ਬਸ ਮੈਂ ਤਾਂ ਝਾਖ ਕੇ ਲੰਘ ਜਾਂਦੇ ਦੇਖ ਕੇ, ਕੋਈ ਨਹੀਂ ਕਹਿੰਦਾ ਵੀ ਅਸੀਂ ਮਦਦ ਦੇਵਾਂਗੇ ਜਾਂ ਕਰਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਅਸੀਂ ਖੜ੍ਹੇ ਹਾਂ ਰਾਏਕੋਟ ਹਲਕੇ ਦੇ ਪ੍ਰਸਿੱਧ ਪਿੰਡ ਬੱਸੀਆਂ ਵਿਖੇ। ਇੱਥੇ ਅਸੀਂ ਖੜ੍ਹੇ ਹਾਂ ਇੱਕ ਬਜ਼ੁਰਗ ਮਾਤਾ ਦਰਸ਼ਨ ਕੌਰ ਦੇ ਘਰ ਦੇ ਵਿੱਚ, ਜੋ ਇਕੱਲੀ ਹੀ ਆਪਣਾ ਬੁਢਾਪਾ ਹੰਢਾ ਰਹੀ ਆ, ਉਹਦਾ ਕੋਈ ਸਹਾਰਾ ਨਹੀਂ। ਘਰ ਦੀ ਹਾਲਤ ਦੇਖੀ ਜਾਵੇ ਬੜੀ ਜਰਜਰ ਬਣੀ ਵੀ ਆ, ਸੱਤ ਚੁੰਦੀ ਆ, ਮਕਾਨ ਨੂੰ ਤਰੇੜਾਂ ਆਈਆਂ ਪਏ ਨੇ, ਪਿਛਲਾ ਪੋਰਸ਼ਨ ਡਿੱਗ ਚੁੱਕਿਆ, ਇੱਕ ਜੋ ਉਹਦੇ ਵਿਆਹ ਦੀ ਪੇਟੀ ਆ ਉਹ ਇਸੇ ਤਰ੍ਹਾਂ ਖੁੱਲ੍ਹੇ ਆਸਮਾਨ ਥੱਲੇ ਪਈ ਆ, ਤਰਪਾਲਾਂ ਟੰਗੀਆਂ ਮੀਂਹ ਕਣੀ ਦੇ ਵਿੱਚ ਇਸੇ ਤਰ੍ਹਾਂ ਕਈ ਰੁੜਦੀ ਆ। ਰੋਟੀ ਪਾਣੀ ਬਣਾਉਣ ਦੇ ਲਈ ਕੋਈ ਚੁੱਲ੍ਹਾ ਨਹੀਂ, ਗੈਸ ਨਹੀਂ ਹੈਗਾ, ਸਿਰਫ ਇੱਟਾਂ ਰੱਖ ਕੇ ਕਾਰ ਦੇ ਚੁੱਲ੍ਹਾ ਬਣਾਇਆ ਪਿਆ, ਉਹਦੇ ਵਿੱਚ ਹੀ ਉਹਨੂੰ ਵਿਚਾਰੀ ਨੂੰ ਟੱਕਰਾਂ ਮਾਰ ਕੇ ਰੋਟੀ ਪਾਣੀ ਬਣਾਉਣੀ ਪੈ ਰਹੀ ਆ। ਸਾਡੇ ਨਾਲ ਮਾਤਾ ਦਰਸ਼ਨ ਕੌਰ ਨੇ, ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਇਹ ਕਦੋਂ ਤੋਂ ਇਸ ਹਾਲਾਤ 'ਚ ਰਹਿੰਦੇ ਨੇ, ਉਹਨਾਂ ਦਾ ਕੋਈ ਸਹਾਰਾ ਨਹੀਂ, ਕੀ ਉਹਨਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਸਹੂਲਤ ਮਿਲਦੀ ਆ, ਔਰ ਆਪਣਾ ਇਹ ਜੋ ਜੀਵਨ ਆ ਕਿਵੇਂ ਨਿਰਵਾਹ ਕਰ ਰਹੇ ਨੇ। ਹਾਂਜੀ ਮਾਤਾ ਜੀ, ਹਾਂਜੀ, ਕਦੋਂ ਤੋਂ ਤੁਸੀਂ ਇਸ ਤਰੀਕੇ ਦੇ ਹਾਲਾਤ 'ਚੋਂ, ਕੀ ਤੁਹਾਡਾ ਸਹਾਰਾ, ਕੋਈ ਪਰਿਵਾਰ 'ਚ ਬੱਚਾ ਕੋਈ ਬੇਟਾ? ਨਹੀਂ ਜੀ, ਮੈਂ ਤਾਂ ਕਿਸੇ ਦਾ ਸਹਾਰਾ ਨਹੀਂ ਦੇਖਿਆ ਹੈਗਾ, ਮੈਂ ਤਾਂ ਬਸ ਸਾਰੀ ਉਮਰ ਹੀ ਲੰਘ ਗਈ ਮੇਰੇ। ਤੁਹਾਡੇ ਬੱਚੇ ਕਹਿੰਦੇ ਸੀਗੇ? ਬੱਚੇ ਮੇਰੇ ਦੋ ਗੁੱਡੀਆਂ ਸੀ, ਇੱਕ ਕਾਕਾ ਸੀ, ਉਸ ਵਿੱਚ ਡਿੱਗ ਪਿਆ ਸੀ, ਕੁੜੀਆਂ ਦੋਹਾਂ ਵਿਆਹੀਆਂ ਹੋਈਆਂ। ਹੁਣ ਤੁਸੀਂ ਇਕੱਲੇ ਹੀ ਰਹਿੰਦੇ ਹੋ? ਹਾਂ, ਇਕੱਲੇ ਹੀ ਰਹਿੰਦੇ ਹੋ। ਜਦੋਂ ਢਿੱਲੀ ਮੱਠੀ ਹੋ ਜਾਂਦੀ ਉਹ ਤਾਂ ਕੁੜੀ ਆ ਜਾਂਦੀ ਛੋਟੀ, ਵੱਡੀ ਕੁੜੀ ਵੀ ਇਹ ਸਿੱਧੀ ਸਾਦੀ ਜੀ ਆ। ਅਤੇ ਅੱਛਾ, ਵੱਡੀ ਗੱਲ ਇਹ ਆ, ਤੁਹਾਨੂੰ ਕੋਈ ਸਰਕਾਰ ਵੱਲੋਂ ਸਹੂਲਤ ਮਿਲਦੀ ਆ? ਕੁਛ ਨਹੀਂ ਮਿਲਦਾ ਜੀ ਸਾਨੂੰ ਤਾਂ, ਕੁਛ ਰਾਸ਼ਨ ਵਗੈਰਾ ਕੁਛ ਨਾ ਨਾ ਬਣਾਉਂਦਾ ਹੀ ਨਹੀਂ ਸਰ, ਫਾਰਮ ਭਰ ਭਰ ਮੈਂ ਹੰਭ ਗਈ, ਕਿਸੇ ਨੇ ਨਹੀਂ ਮੇਰਾ ਰਾਸ਼ਨ ਕਾਰਡ ਬਣਾਇਆ। ਹੋਰ ਮਾਤਾ ਜੀ, ਜਿਹੜਾ ਇਹ ਮਕਾਨ ਆ ਇਹਦੇ ਬਾਰੇ ਵੀ ਨਹੀਂ ਲੋਕਾਂ ਨੂੰ ਤੁਸੀਂ ਸਰਪੰਚਾਇਤ ਨੂੰ ਕਿਹਾ, ਤੁਹਾਡੀ ਕਿਸੇ ਨੇ ਵੀ ਅੱਗੇ ਸਾਰਨੀ ਪੜੀ? ਨਾ ਜੀ, ਕੋਈ ਸਿਰ ਨੇ ਨਹੀਂ, ਸਾਡੇ ਤਾਂ ਕੋਈ ਨਹੀਂ ਸਾਰ ਫਸਦਾ ਹੈਗਾ, ਬਸ ਮੈਂ ਝਾਖ ਕੇ ਲੰਘ ਜਾਂਦੇ ਦੇਖ ਕੇ, ਕੋਈ ਨਹੀਂ ਕਹਿੰਦਾ ਵੀ ਅਸੀਂ ਮਦਦ ਦੇਵਾਂਗੇ ਜਾਂ ਕਰਾਵਾਂਗੇ। ਜਦੋਂ ਬਰਸਾਤ ਵਗੈਰਾ ਆਉਂਦੀ ਆ ਉਦੋਂ ਫਿਰ ਕਿਵੇਂ ਤੁਸੀਂ ਟਾਈਮ ਕੱਢਦੇ? ਹਾਂ, ਕਿਵੇਂ ਟਾਈਮ ਕੱਢਣਾ ਜੀ, ਪਾਣੀ ਕੁਛ ਇੱਧਰ ਖੜ ਜਾਂਦਾ ਕੁਛ ਇੱਧਰ ਖੜ ਜਾਂਦਾ। ਕਿੰਨਾ ਚਿਰ ਹੋ ਗਿਆ ਬੇਟੇ ਦੀ ਮੌਤ ਨੂੰ? 10 ਸਾਲ ਹੋ ਗਏ ਜੀ। ਅੱਛਾ, ਤੇ ਤੁਹਾਡੇ ਜੋ ਘਰ ਦੇ ਸੀ ਉਹ ਵੀ ਸਾਲ ਬਾਅਦ ਹੀ ਉਹ ਮੁੱਕ ਗਏ ਮੁੰਡਾ ਮਰੇ ਤਾਂ। ਜਿਹੜੇ ਮਾਤਾ ਦਰਸ਼ਨ ਕੌਰ, ਤੁਸੀਂ ਇਹਨਾਂ ਦੇ ਗੁਆਂਢ 'ਚ ਰਹਿੰਦੇ ਹੋ? ਹਾਂਜੀ, ਇਹਨਾਂ ਦੇ ਗੁਆਂਢ ਆ ਸੀ। ਇਹ ਤੁਸੀਂ ਦੱਸ ਸਕਦੇ ਹੋ ਜੀ ਉਹ ਕਿਵੇਂ ਰਹਿ ਰਹੇ ਨੇ? ਵਿਚਾਰੀ ਦਾ ਬੁਰੇ ਹਾਲ ਆ, ਘਰਾਂ ਦੇ ਵਿੱਚ ਕੰਮ ਕਰਕੇ ਰੋਟੀ ਇਸ ਉਮਰ ਦੇ ਵਿੱਚ ਖਾਂਦੀ ਆ, ਘਰ ਦਾ ਵਿੱਚ ਕੋਈ ਸਹਾਰਾ ਨਹੀਂ ਹੈਗਾ ਇਹਨੂੰ, ਕੋਈ ਮਦਦ ਵਾਲਾ ਨਹੀਂ ਹੈਗਾ ਇਹਨੂੰ। ਘਰ ਮਕਾਨ ਆ ਉਹ ਸਾਰਾ ਚੁੰਦਾ ਇਹਦਾ, ਆਂਢ ਗੁਆਂਢ ਦੇਖਦਾ ਜੇ ਚਾਰ ਦਿਨ ਮੀਂਹ ਪੈਂਦੇ ਆ ਵੀ ਕਿਤੇ ਉੱਤੇ ਨਾ ਡਿੱਗ ਪਏ, ਵਿਚਾਰੀ ਵਿੱਚ ਨਾ ਆ ਜੇ। ਇਹਨਾਂ ਦੀ ਮਦਦ ਖਾਤਰ ਕਰਨ ਕੋਈ ਨਹੀਂ ਅੱਗੇ ਆਇਆ? ਨਾ ਜੀ, ਕੋਈ ਨਹੀਂ ਆਇਆ ਇਹਨਾਂ ਦੀ ਮਦਦ ਖਾਤਰ, ਪੰਚਾਇਤ ਵੱਲੋਂ ਜਾਂ ਨਾ ਜੀ ਗੁਆਂਢ ਦੇ ਕਿਸੇ ਲੋਕਾਂ ਵੱਲੋਂ? ਨਾ ਜੀ, ਕਿਸੇ ਨੇ ਮਦਦ ਨਹੀਂ ਕੀਤੀ, ਕੋਈ ਆਂਢੀ ਨਹੀਂ ਗੁਆਂਢੀ ਨਹੀਂ, ਕੋਈ ਪੰਚਾਇਤ ਮੈਂਬਰ ਨੇ ਨਹੀਂ। ਜੇ ਕਿਸੇ ਨੂੰ ਕਹਿੰਦੇ ਆ ਤਾਂ ਦੇਖ ਕੇ ਗਾਂਹ ਲੰਘ ਜਾਂਦੇ ਆ। ਇਹ ਵਿਚਾਰੀ ਦਾ ਗੁਜ਼ਾਰਾ ਬਜ਼ੁਰਗ ਦਾ ਤਾਂ ਮਾਤਾ ਦਾ ਕਿਵੇਂ ਹੁੰਦਾ? ਗੁਜ਼ਾਰਾ ਵਿਚਾਰੀ ਘਰਾਂ ਦੇ ਵਿੱਚ ਭਾਂਡੇ ਮਾਂਜਦੀ ਆ, ਝਾੜੂ ਲਾਉਂਦੀ ਆ, ਕਿਸੇ ਦੇ ਕੰਮ ਕਰ ਆਉਂਦੀ ਆ, ਰੋਟੀ ਖਾ ਲੈਂਦੀ ਆ, ਬਣਾ ਲੈਂਦੀ ਆ। ਤਲੇ ਫਿਰ ਜਦੋਂ ਕੋਈ ਸਹਾਰਾ ਹੀ ਨਹੀਂ ਗਾ ਫਿਰ ਤਲੇ ਹੀ ਭਰਨੇ ਆ ਵੀਰ ਜੀ। ਕੋਈ ਪੰਚਾਇਤ ਵੱਲੋਂ ਰਾਸ਼ਨ ਵਗੈਰਾ? ਨਾ, ਕੁਛ ਨਹੀਂ ਮਿਲਦਾ ਵਿਚਾਰੀ ਨੂੰ। ਇਹਦੇ ਜਵਾਕ ਕਿੰਨੇ ਆ, ਕੀ ਸਥਿਤੀ ਆ ਜਵਾਕਾਂ ਦੀ? ਇਹਦੇ ਬੱਚੇ 3 ਸੀਗੇ ਜੀ, 2 ਗੁੱਡੀਆਂ, 1 ਕਾਕਾ ਸੀ, ਕਾਕਾ ਇਹਨਾਂ ਦਾ ਮਰ ਗਿਆ ਅੱਜ ਤੋਂ 10 ਸਾਲ ਪਹਿਲਾਂ, ਅਤੇ ਗੁੱਡੀਆਂ ਇਹਨਾਂ ਦੀਆਂ ਵਿਆਹੀਆਂ ਵਾਂ ਜੀ।
ਵੱਡੀ ਗੁੱਡੀ ਇਹਨਾਂ ਦੀ ਉਈ ਕਮਲੀ ਜੀ ਸੀਗੀ ਵਿਚਾਰੀ ਸਿੱਧਰੀ ਆ ਛੋਟੀ ਆ ਮਾੜਾ ਮੋਟਾ ਉਹ ਸਹਾਰਾ ਟੱਲ ਮਿਸ ਹੁੰਦੇ ਆ ਫੋਨ ਲਾਉਂਦੇ ਆ ਆਂਢਾ ਗੁਆਂਢਾ ਤੋਂ ਫੋਨ ਲਾਉਂਦੀ ਆ ਕੋਈ ਫੋਨ ਨਹੀਂ ਘਰੇ ਇਹਨਾਂ ਦੇ ਅਤੇ ਫਿਰ ਉਹਨਾਂ ਨੂੰ ਸੱਦਦੇ ਆ ਅਤੇ ਫਿਰ ਉਹ ਆ ਕੇ ਇਹਨੂੰ ਸਾਂਭਦੇ ਆ ਘਰ ਵਾਲੇ ਦੀ ਵੀ ਜਿੱਦਾਂ ਇਹਨਾਂ ਦਾ ਬੇਟਾ ਬੇਟੇ ਦੀ ਡੈਥ ਹੋਈ ਆ ਉਹ ਦੋ ਸਾਲ ਬਾਅਦ ਉਹਨਾਂ ਦੀ ਡੈਥ ਹੋ ਗਈ ਸੀਗੀ ਇਹ ਹਾਲਾਤ ਆ ਸਾਡੀਆਂ ਸਰਕਾਰਾਂ ਦੀ ਜੋ ਵੱਡੇ ਵੱਡੇ ਵਾਅਦੇ ਅਤੇ ਦਾਅਵੇ ਜ਼ਰੂਰ ਕਰਦੀਆਂ ਨੇ ਵੀ ਅਸੀਂ ਲੋੜਵੰਦਾਂ ਲਈ ਗਰੀਬਾਂ ਲਈ ਸਕੀਮਾਂ ਚਲਾ ਦਿੱਤੀਆਂ ਨੇ ਪਰ ਇਸ ਬਜ਼ੁਰਗ ਮਾਤਾ ਦੀ ਜੋ 9-10 ਸਾਲਾਂ ਤੋਂ ਦੁਰਦਸ਼ਾ ਜਾਂ ਕਹਿ ਦਈਏ ਹਾਲਾਤ ਆ ਉਹਨੂੰ ਦੇਖ ਕੇ ਲੱਗਦਾ ਵੀ ਸਰਕਾਰਾਂ ਦੇ ਜੋ ਗੱਲਾਂ ਉਹ ਸਿਰਫ ਗੱਲਾਂ ਹੀ ਨੇ ਇੱਕ ਹਵਾਈ ਕਿਲੇ ਹੀ ਨੇ ਜ਼ਮੀਨੀ ਪੱਧਰ 'ਤੇ ਲੋਕਾਂ ਤੱਕ ਕੋਈ ਵੀ ਸਹੂਲਤ ਨਹੀਂ ਪਹੁੰਚਦੀ ਸੋਚਣਾ ਚਾਹੀਦਾ ਸਰਕਾਰਾਂ ਨੂੰ ਔਰ ਸੋਚਣਾ ਚਾਹੀਦਾ ਲੋਕਾਂ ਨੂੰ ਵੀ ਜੋ ਇਸ ਤਰੀਕੇ ਦੀਆਂ ਸਰਕਾਰਾਂ ਇਸ ਤਰੀਕੇ ਦੇ ਰਾਜਨੀਤਾਕੂ ਜੋ ਵਾਅਦੇ ਵੱਡੇ ਵੱਡੇ ਕਰਦੇ ਰਹੇ ਪਰ ਮੁੜ ਕੇ ਸਾਰ ਨਹੀਂ ਲੈਂਦੇ ਉਹਨਾਂ ਨੂੰ ਵੀ ਸਵਾਲ ਕਰਨਾ ਬਣਦਾ ਦਲਵਿੰਦਰ ਸਿੰਘ ਰਸੀਨ ਸਮਰ ਨਿਊਜ਼ ਰਾਏਕੋਟ